बिस्मिल्लाहिर्रहमानिर्रहीम अस्सलामुअलैकुम नाज़रीन, तुसीं वेख रहे हो बिशारत अली टीवी और मैं तुहाडा मेज़बान बिशारत अली। नाज़रीन, अज माशाल्लाह एक कमाल दे ब्रांड दी वीडियो लै के हाज़र हो गए हैं जी। माशाल्लाह दूजन झोटी अल्लाह दे हुक्म दे नाल इन्नियां इन्नियां पंडा आम मजां कोलों नहीं लगदियां, जिहड़ियां जिहड़ियां पंडा माशाल्लाह इस झोटी कोल हवाने दियां मौजूद ने जी। एक हड्डी ते माशाल्लाह मशकां लाई फिरदी है, ਧੁੰਨੇ ਤੋਂ ਲੈ ਕੇ ਪਿੱਛੇ ਸੂਹ ਦੇ ਡੋਡੇ ਤੱਕ ਹਵਾਨਾ ਜਾ ਰਿਹਾ। ਘਰੇਲੂ ਝੋਟੀ ਮਾਸ਼ਾਅੱਲਾ ਸੂਣ ਨੂੰ ਬਿਲਕੁਲ ਤਿਆਰ, ਇੱਕ ਦਿਨ ਲੈ ਜਾਵੇ, ਦੋ ਦਿਨ ਲੈ ਜਾਵੇ, ਇਹ ਕੁਛ ਕਹਿ ਨਹੀਂ ਸਕਦੇ। ਬਾਕੀ ਮਾਸ਼ਾਅੱਲਾ ਝੋਟੀ ਜਿਹੜੀ ਹੈ ਉਹ ਤਿਆਰੀਆਂ ਦੇ ਵਿੱਚ ਹੈ। ਦੋ ਚਾਰ ਦਿਨ ਜਿਹੜੇ ਨੇ ਹੋਰ ਮਾਸ਼ਾਅੱਲਾ ਲੈਣੇ ਨੇ, ਉਹਨਾਂ ਦੇ ਵਿੱਚ ਅੱਲਾ ਦੇ ਹੁਕਮ ਦੇ ਨਾਲ ਝੋਟੀ ਨੇ ਜਿੰਨੀ ਹੋਣੇ ਇੰਨਾ ਹੋਰ ਹੋਣਾ, ਕਿਉਂਕਿ ਬਦਰਾਂ ਜਿਹੜੀਆਂ ਨੇ ਉਹ ਬੜੀਆਂ ਪਈਆਂ ਹੋਈਆਂ ਨੇ, ਕੋਈ ਹਵਾ ਨਹੀਂ, ਕੋਈ ਕੁਛ ਨਹੀਂ ਹੈ, ਸਾਰਾ ਜਿਹੜਾ ਖਾਲੀ ਹਵਾਨਾ ਪਿਆ। ਇਹ ਝੋਟੀ ਨੇ ਮਜ਼ੀਦ ਭਰਨਾ, ਪਿੱਛੇ ਹੋਰ ਵਧਾਉਣਾ। ਮਾਸ਼ਾਅੱਲਾ ਗਿੱਠ ਗਿੱਠ ਤਾਂ ਪਹਿਲਾਂ ਹੀ ਬਾਹਰ ਹੈ, ਅਤੇ ਮਜ਼ੀਦ ਜਿਹੜਾ ਨਾ ਗਿੱਠ ਗਿੱਠ ਹੋਰ ਕੱਢਣਾ। ਫਿਰ ਧੁੰਨੀ ਕੋਲੀ ਜਿਹੜੀ ਹੈ ਉਹ ਨਾਮੋ ਨਿਸ਼ਾਨ ਕੋਈ ਨਹੀਂ, 15 ਤੋਂ 16 ਕਿਲੋ ਇਸ ਦਾ ਪਹਿਲੇ ਸੂਏ ਦਾ ਰਿਕਾਰਡ ਹੈ। ਹੁਣ ਝੋਟੀ ਨੇ ਦੂਸਰਾ ਸੂਆ ਅੱਗੇ ਸੁਣਿਆ। ਲਓ ਜੀ, ਆ ਵੇ ਕਿੱਥੇ ਪੈਂਦੀ, ਪਹਿਲਾਂ ਗੱਲ ਮਾਰੀ ਨਾ। ਬਾਕੀ ਤੁਹਾਡੇ ਸਾਹਮਣੇ ਖੜ੍ਹੀ ਹੈ, ਜਿਵੇਂ ਆਪੇ ਮਰਜ਼ੀ ਖੜ੍ਹੀ ਰਹੇ, ਕੋਈ ਟੈਨਸ਼ਨ ਨਹੀਂ। ਇਹ ਨਹੀਂ ਵੀ ਅੱਗੋਂ ਨੀਵੀਂ ਕਰ ਦੇਣੀ ਹੈ ਮਗਰੋਂ ਉੱਚੀ ਅਤੇ ਹਵਾਨਾ ਵਿਖਾਉਣਾ, ਉਹ ਕੋਈ ਇੱਥੇ ਸਿਸਟਮ ਨਹੀਂ। ਅੱਲਾ ਦੇ ਹੁਕਮ ਦੇ ਨਾਲ ਜੋ ਚੀਜ਼ ਹੈ ਉਹੀ ਮਾਸ਼ਾਅੱਲਾ ਨਜ਼ਰ ਆਵੇਗੀ। ਕੈਮਰੇ ਤੋਂ ਅਲਾਵਾ ਵੇਖੋਗੇ, ਕੈਮਰੇ ਨਾਲੋਂ ਵੀ ਮੱਝ ਘਣੀ ਚੰਗੀ ਉੱਤੇ ਆ ਕੇ ਲੱਗੇਗੀ। ਮਾਸ਼ਾਅੱਲਾ ਜੀ, ਵੰਡਾਂ ਵਿਰਲਾਂ ਹਵਾਨੇ ਦੀਆਂ ਚੈੱਕ ਕਰ ਲਓ ਕਿ ਪੂਰੀ ਗਿੱਠ ਜਿਹੜੀ ਹੈ ਉਹ ਪੈਂਦੀ ਹੈ ਹਵਾਨੇ ਦੇ ਵਿੱਚ। ਮਾਸ਼ਾਅੱਲਾ ਵਿਰਲਾਂ ਇੰਨੀਆਂ ਸੋਹਣੀਆਂ ਝੋਟੀ ਕੋਲ ਮੌਜੂਦ ਨੇ। ਬਾਕੀ ਕਾਗਜ਼ੀ ਹਵਾਨਾ ਜੀ, ਟਿਸ਼ੂ ਹਵਾਨਾ ਜਿਹਨੂੰ ਕਹਿੰਦੇ ਨੇ, ਉਹ ਵਾਲਾ ਹਵਾਨਾ ਜੇ ਇਹਨੇ ਵੀ ਦੁੱਧ ਨਹੀਂ ਦੇਣਾ ਤਾਂ ਫਿਰ ਦੁੱਧ ਕਿਸੇ ਨੇ ਦੇਣਾ ਹੀ ਨਹੀਂ, ਜੇ ਇਸ ਹਵਾਨੇ 'ਚੋਂ ਵੀ ਦੁੱਧ ਨਹੀਂ ਨਿਕਲਣਾ ਤਾਂ ਕੀ ਖਿਆਲ ਹੈ ਜੀ। ਭਾਈ ਹੁਰੇ ਮੇਰੇ ਮੌਜੂਦ ਖੜ੍ਹੇ ਨੇ, ਇਹਨਾਂ ਤੋਂ ਵੀ ਪੂਰੀ ਡਿਟੇਲ ਤੋਰੀ ਨਾ, ਜਿਹਨੂੰ ਥੋੜ੍ਹੀ ਜਿਹੀ ਭਾਈ ਮਕਸੂਦ ਹੈ ਟੋਰ 'ਤੇ ਵਿਖਾ ਖੋਲ੍ਹ ਕੇ। ਇੱਥੇ ਤਾਂ ਫਿਰ ਥੋੜ੍ਹੀ ਜਗ੍ਹਾ 'ਚ ਗਰਮੀ ਹੈ ਜੀ, ਬੜੀ ਗਰਮੀ ਨਾਲ ਜਾਨਵਰ ਜਿਹੜੇ ਨੇ ਤੰਗ ਨੇ, ਪਰੇਸ਼ਾਨ ਨੇ। ਅਗਰ ਗਰਮੀ ਨਾ ਹੁੰਦੀ, ਮੌਸਮ ਥੋੜ੍ਹਾ ਜਿਹਾ ਠੰਡਾ ਹੁੰਦਾ ਤਾਂ ਮੱਝ ਜਿੰਨੀ ਇੰਨੀ ਹੋਰ ਹੋਣੀ ਸੀ। ਲੈ ਹੈ ਲਿਆ ਲਿਆ ਤੂੰ ਇੱਧਰ, ਮੈਂ ਆ ਜਾਂਦਾ। ਇੱਕ ਜੀ ਸਿੰਘ ਤੂੰ ਐਵੇਂ ਥੋੜ੍ਹਾ ਜਿਹਾ ਖੋਲ ਅੱਗੋਂ ਲੱਥਿਆ ਹੋਇਆ, ਬਾਕੀ ਮਾਸ਼ਾਅੱਲਾ ਸਿੰਘ ਇੰਨਾ ਛੋਟਾ ਕਿ ਉਂਗਲਾਂ ਦੋ ਰੱਖੋ ਸਿੰਘ ਲੁਕਦਾ, ਐਵੇਂ ਕਤਰੇ ਕਤਰੇ ਦਾ ਸਿੰਘ ਹੈ ਜੀ। ਟੋਰੀਲ ਚੱਲ ਹੈਗਾ ਪੱਠਿਆਂ ਤੱਕ ਟੋਰੀਲ ਚੱਲ। ਚੱਲ ਆਇਆ ਬੰਦ ਭਾਈ ਮਕਸੂਦ, ਇੱਥੇ ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ ਹੈ ਜੀ, ਠੀਕ ਹੈ ਭਾਈ ਬਿਸ਼ਾਰ। ਜਿਹੜੀ ਆਪਾਂ ਤੇਰੀ ਮੱਝ ਵਿਖਾਈ, ਕਿੰਨਵਾਂ ਸੂਆ ਸੁਣਿਆ? ਦੂਸਰਾ ਸੂਆ। ਕਿੰਨੇ ਕੁ ਦਿਨ ਲੈਂਦੀ?
ਦਿਨ ਤਾਂ ਤਕਰੀਬਨ ਪੂਰੀਆਂ ਵਰਗੀਆਂ ਜੀ, ਕੋਈ ਦੋ ਤਿੰਨ ਦਿਨ ਚਾਰ ਦਿਨ ਵੀ ਲੈ ਸਕਦੀ ਹੈ ਅਤੇ ਹੁਣ ਅੱਲਾ ਬਿਹਤਰ ਜਾਣਾ। ਠੀਕ ਹੈ, ਆਪਣੇ ਘਰ ਦੀ ਘਰ ਦੀ ਪਿਛਲੇ ਸੂਬੇ ਪੀਤੀ ਕਰੇ? ਪਿਛਲਾ ਸੂਬਾ ਵੀ ਮਾਸ਼ਾਅੱਲਾ ਪੀਤਾ, ਉਹ ਕੱਟਾ ਖੜਾ ਇਹਦਾ। ਠੀਕ ਹੈ, ਕੱਟਾ ਵੀ ਇਹਦਾ ਮੌਜੂਦ ਹੈ। ਕਿੰਨਾ ਦੁੱਧ ਦਿੰਦੀ ਰਹੀ ਦੁੱਧ? ਪਿਛਲਾ ਸੂਬਾ ਤਾਂ ਬੱਚੇ ਨੂੰ ਛੱਡ ਗਿਆ ਸੀ, 12-13 ਲੀਟਰ 'ਚ ਹੋਇਆ। 12-13 ਕਿਲੋ 'ਚ ਹੋਇਆ ਸਾਰਾ ਦੁੱਧ? ਅੱਗੇ ਤੋਂ ਕਿਹਾ 15-16 ਕਿਲੋ ਜਿਹੜਾ, 15 ਲੀਟਰ ਤੱਕ ਹੈ ਸੀ ਅਤੇ ਲੇਕਿਨ ਐਤਕੀ ਮਾਸ਼ਾਅੱਲਾ ਵਿੱਚੋਂ 2-3-4 ਮਹੀਨੇ ਫੇਰ ਵੀ ਖਾਧਾ ਇਹਨੇ। ਅੱਛਾ, ਅਤੇ ਐਤਕੀ ਉਮੀਦ ਆ ਵੀ ਦੁੱਧ ਜ਼ਿਆਦਾ ਦੇਵੇਗੀ। ਠੀਕ ਹੈ, ਅਤੇ ਇਹਦੇ 17 ਲੀਟਰ ਤੱਕ ਹੋ ਸਕਦਾ। ਅਤੇ ਇਹਦੇ ਹੁਣ ਪੈਸੇ ਕਿੰਨੇ ਨੇ? ਪੈਸੇ ਤਾਂ ਜਿਵੇਂ ਸਾਡੀ ਮੱਝ ਆ ਮਾਸ਼ਾਅੱਲਾ, ਅਤੇ ਸਾਡੀ ਮੱਝ ਤਾਂ 10 ਲੱਖ ਦੀ ਹੈ। ਅੱਛਾ, ਜੇ ਅਸੀਂ ਕਹੀਏ ਤਾਂ, ਲੇਕਿਨ ਇਹ ਆ ਵੀ ਹੁਣ ਟਾਈਮ ਦੇ ਹਿਸਾਬ ਨਾਲ ਤਾਂ ਸਾਰਾ ਹੀ ਕੁਛ ਦੇਖਿਆ ਜਾਂਦਾ। 7,60,000 ਰੁਪਈਏ। 7,60,000 ਰੁਪਈਆ ਡਿਮਾਂਡ? ਠੀਕ ਹੈ, 7,60,000 ਚ ਪਿਆਰ ਮੁਹੱਬਤ ਹੋ ਜਾਏਗਾ? ਪਿਆਰ ਮੁਹੱਬਤ ਭਰਾ ਪਸੰਦ ਕਰੇਗਾ ਤੇ ਪਿਆਰ ਮੁਹੱਬਤ ਵੀ ਕਰ ਲਾਂਗੇ। ਠੀਕ ਹੋ ਗਿਆ, ਬਾਕੀ ਚੁਆਈ ਛੁਆਈ ਦੀ ਚੰਗੀ ਸੁਣਾਈ ਛੁਆਈ ਆ ਕੇ ਮੌਕੇ ਤੇ ਚੋ ਕੇ ਚੈੱਕ ਕਰ ਲਵੇ। ਅੱਛਾ, ਚੂਈ ਪੈਣਾ 1-2-3 ਦਿਨ? ਹਾਂ ਬਿਲਕੁਲ, ਆ ਕੇ ਆਪਦੀ ਚਵਾਈ ਕਰ ਲਵੇ। ਧੋਖੇ ਫਰਾਡ ਵਾਲੀ ਗੱਲ ਕੋਈ ਨਹੀਂ, ਕਰ ਦੇਣੇ ਅਗਲੇ ਨੇ। ਬਿਲਕੁਲ, ਜੇ ਅਗਲੇ ਦਾ ਦਿਲ ਮੰਨੇ ਪਸੰਦ ਆਵੇ ਚਵਾਈ ਪਸੰਦ ਆਵੇ ਲੈ ਜਾਵੇ, ਨਹੀਂ ਤਾਂ ਸ਼ਾਇਦ ਸਾਡੀ ਸਾਡੇ ਘਰ ਖੜੀ। ਸੋਹਣੀ ਗੱਲ ਹੈ, ਬਿਲਕੁਲ ਸੋਹਣੀ ਗੱਲ ਹੈ। ਮਕਸੂਦ ਮੋਬਾਈਲ ਨੰਬਰ ਦੱਸੋ। 0344-00-6690। ਠੀਕ ਹੋ ਗਿਆ, ਚਲੋ ਬੜੀ ਮਿਹਰ। ਦਾ ਨੰਬਰ ਵੀ ਹੈ 0306-49-86-166। ਚਲੋ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।